ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਮਕਸਦ ਨਾਲ ਤੇ ਨਿਰੋਗ ਸਰੀਰ ਲਈ ਲੋਕਾਂ ਨੂੰ ਸੁਚੇਤ ਕਰਦਿਆਂ ਬਟਾਲਾ ਪੁਲਿਸ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਅਧਿਕਾਰੀਆਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਹ ਮੈਰਾਥਨ ਦੌੜ ਸ਼ਹਿਰ ਦਾ ਚੱਕਰ ਲਗਾਉਣ ਦੀ ਪੁਲਿਸ ਲਾਈਨ ਵਿਖੇ ਸਮਾਪਤ ਹੋਈ। इस मौके SSP बटाला अश्विनी गोटियाल ने गल करदिया दस्या कि पंजाब सरकार अते DGP पंजाब दीयां हदायतां ते इस मिनी मैराथन दा आयोजन किया गया। जिवें सारिआं नूं पता हैगा कि जो नशिआं दे खिलाफ जो मुहिम चली है जो माननीय मुख्यमंत्री जी अपनी सरदार भगवंत मान जी और DGP पंजाब श्री गौरव यादव जी उनके दिशा निर्देशों हेठ सारी ही पंजाब पुलिस जो है वो सोसाइटी दा नाल मिलके जो नशे के खिलाफ जो कार्रवाई शुरू की हैगी है उदा एक पहलू हैगा जी जो अवेयरनेस प्रोग्राम वो अवेयरनेस प्रोग्राम दे विच आज असी बटाला दे विच एक मिनी मैराथन शुरू की हैगी है। वक् वक् दिन वक् वक् प्रोग्राम्स है एक दिन अपना इहदे विच इनफोर्समेंट और अवेयरनेस दोवें नाल नाल चलते हैं जो ये अज साडा हैगा वॉकथॉन या मैराथन जिन्होंने असी कहने ये शहर के वक् वक् जो NGOs है वो साडे नाल जुड़े ने जो सहारा क्लब है NGO जो फोटोग्राफर्स एसोसीएशन हैगी सारे ही साडे नाल जुड़े है कि ये नशे के खिलाफ लड़ाई दे विच। SP ਗੁਰਪ੍ਰੀਤ ਸਿੰਘ ਵੀ ਇਸ ਮੌਕੇ ਮੀਡੀਆ ਮੁਖਾਤਿਬ ਹੋਏ ਤੇ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀ ਸਾਡਾ ਪੂਰਨ ਸਹਿਯੋਗ ਕਰਨਗੇ। ਪੰਜਾਬ ਸਰਕਾਰ ਮਾਨਯੋਗ DGP ਪੰਜਾਬ ਦੇ ਜੀ ਦੇ ਦਿਸ਼ਾ ਜੋ ਆਦੇਸ਼ ਨੇ ਉਹਨਾਂ ਦੇ ਮੁਤਾਬਕ ਅਸੀਂ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਉਸੇ ਮੁਹਿੰਮ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਦੋ ਵੇਸ ਦੇ ਨਾਲ ਅਸੀਂ ਜਿਹੜਾ ਇਹ ਨਸ਼ਾ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਹਾਂ ਇਹਦੇ ਵਿੱਚ ਜਿੱਥੇ ਅਸੀਂ ਇਨਫੋਰਸਮੈਂਟ ਦਾ ਕੰਮ ਕਰਦੇ ਹਾਂ ਦੇ ਵਿੱਚ ਅਸੀਂ ਡਰੱਗ ਪੈਡਲਰਸ ਸਮਗਲਰਸ ਅਤੇ ਇਹਨਾਂ ਦੇ ਉੱਪਰ ਅਸੀਂ NDPS ਦੀਆਂ ਧਰਾਵਾਂ ਤਹਿਤ ਕੇਸ ਰਜਿਸਟਰ ਕਰਦੇ ਹਾਂ ਇਹਨਾਂ ਨੂੰ ਅਰੈਸਟ ਕਰਦੇ ਹਾਂ ਰਿਕਵਰੀ ਕਰਦੇ ਹਾਂ ਉੱਥੇ ਦੂਸਰੇ ਪਾਸੇ ਅਸੀਂ ਅਵੇਅਰਨੈਸ ਦੀ ਜਿਹੜੀ ਡਰਾਈਵ ਜਿਹੜੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ। ਅਵੇਅਰਨੈਸ ਦੇ ਵਿੱਚ ਅਸੀਂ ਆਉਣ ਵਾਲੀ ਜਿਹੜੀ ਸਾਡੀ ਯੰਗ ਪੀੜ੍ਹੀ ਹੈ ਉਹਨਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਕਿ ਉਹ ਇਹਨਾਂ ਨਸ਼ਿਆਂ ਦੇ ਦੀ ਦਲਦਲ ਦੇ ਵਿੱਚ ਨਾ ਪੈਣ। ਸੋ ਉਸੇ ਦੀ ਲੜੀ ਦੇ ਵਿੱਚ ਅਵੇਅਰਨੈਸ ਦੇ ਪਾਰਟ ਦੇ ਵਿੱਚ ਅੱਜ ਅਸੀਂ ਜਿਹੜਾ ਇੱਕ ਮਿੰਨੀ ਮੈਰਾਥਨ ਮਾਨਯੋਗ SSP ਸਾਹਿਬ ਜੀ ਦੇ ਵੱਲੋਂ ਔਰਗਨਾਈਜ਼ ਕਰਵਾਇਆ ਗਿਆ ਸੀ। ਇਸ ਮਿੰਨੀ ਮੈਰਾਥਨ ਦੇ ਵਿੱਚ ਸਮੂਹ ਬਟਾਲਾ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਸੀ। ਸੋ ਇਹ ਜੋ ਇੱਥੇ SSP ਆਫਿਸ ਤੋਂ ਸ਼ੁਰੂ ਹੋ ਕੇ ਪੁਲਿਸ ਲਾਈਨ ਬਟਾਲਾ ਤੱਕ ਪੁੱਜਾ ਇਸ ਵਿੱਚ ਵੱਖ ਵੱਖ ਸਿਵਲ ਸੁਸਾਇਟੀਜ਼ ਅਤੇ ਜਿਸ ਤਰ੍ਹਾਂ ਕਿ ਸਹਾਰਾ ਸੇਵਾ ਸੁਸਾਇਟੀ ਬਟਾਲਾ ਫੋਟੋਗ੍ਰਾਫਰ ਐਸੋਸੀਏਸ਼ਨ ਬਟਾਲਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਨੌਜਵਾਨਾਂ ਨੇ ਜਿਹੜਾ ਭਾਗ ਲਿਆ ਹੈ। ਸ਼ਹਿਰ ਵਾਸੀਆਂ ਨੇ ਵੀ ਇਸ ਮੈਰਾਥਨ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪੰਜਾਬ ਪੁਲਿਸ ਦਾ ਸਾਥ ਦੇ ਰਹੇ ਹਾਂ। ਅੱਜ ਬਟਾਲਾ ਜ਼ਿਲ੍ਹਾ ਦੀ ਪੁਲਿਸ ਨੇ ਜਿਹੜਾ ਹੈ ਮਿੰਨੀ ਮੈਰਾਥਨ ਕੱਢ ਕੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਹੈ ਔਰ ਸਮੇਂ ਸਮੇਂ 'ਤੇ ਜਿਹੜਾ ਬਟਾਲਾ ਜ਼ਿਲ੍ਹਾ ਪੁਲਿਸ ਹੈ ਉਹ ਸਕੂਲਾਂ ਕਾਲਜਾਂ ਅਤੇ ਹੋਰ ਪਬਲਿਕ ਥਾਵਾਂ 'ਤੇ ਜਾ ਕੇ ਨਸ਼ਿਆਂ ਦੇ ਖਿਲਾਫ ਜਿਹੜੀ ਲਗਾਤਾਰ ਇਹ ਮੁਹਿੰਮ ਹੈ ਚਾਲੂ ਰੱਖ ਲਈ ਹੈ ਔਰ ਅੱਜ ਦਾ ਵੀ ਜਿਹੜਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰਾ ਸਮਾਜ ਰਲ ਕੇ ਅਤੇ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਜਿਹੜੀਆਂ ਸ਼ਹਿਰ ਦੀਆਂ ਨਾਮਵਰ ਸਮਾਜਿਕ ਸੇਵਾ ਸੰਸਥਾਵਾਂ ਹਨ ਸਹਾਰਾ ਕਲੱਬ ਬੈਸਟ ਫੋਟੋਗ੍ਰਾਫਰ ਐਸੋਸੀਏਸ਼ਨ ਔਰ ਹੋਰ ਵੀ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਰਲ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਹੈ। ਅਸੀਂ ਇਹ ਆਸ ਕਰਦੇ ਹਾਂ ਕਿ ਇਹ ਨਸ਼ਿਆਂ ਦਾ ਕੋੜ ਜਿਹੜਾ ਹੈ ਪੰਜਾਬ 'ਚੋਂ ਖਤਮ ਹੋਏਗਾ ਪੰਜਾਬ ਪੁਲਿਸ ਦੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਹੈ ਨਸ਼ਿਆਂ ਤੋਂ ਅਸੀਂ ਮੁਕਤ ਹੋ ਕੇ ਫਿਰ ਉਸੇ ਤਰ੍ਹਾਂ ਹੀ ਹੱਸਦਾ ਵੱਸਦਾ ਪੰਜਾਬ ਵੇਖਣਾ ਚਾਹੁੰਦੇ ਹਾਂ।